ਸੀ ਵੇ ਬਲੌਗ ਪਿੰਡ ਦਾ ਕਾਫਲਾ ਤੂੰ ਪਾਉਂਦਾ ਦੇਖੀਗਾ ਜੱਟ ਦਾ ਤੋਂ ਮੁੰਡੇ ਦਾ ਨਹੀਂ ਹੋ ਰਿਹਾ ਸੀ ਵਿਆਹ ਅਤੇ ਪਿੰਡ ਵਾਲੇ ਭਾਨੀ ਮਾਰ ਦਿੰਦੇ ਸੀ ਅਤੇ ਜਿਸ ਤੋਂ ਬਾਅਦ ਕਿ ਮੁੰਡੇ ਦੇ ਦਿਲ ਦੇ ਵਿੱਚ ਗੁੱਸਾ ਸੀ ਅਤੇ ਜਿਸ ਤੋਂ ਬਾਅਦ ਕਿ ਉਹ ਆਪਣੇ ਘਰ ਵਾਲੇ ਜਦੋਂ ਵਿਆਹ ਕੇ ਲਿਆਉਂਦਾ ਟਰੈਕਟਰ ਦੇ ਉੱਪਰ ਚੜਾ ਕੇ ਪੂਰੇ ਪਿੰਡ ਦਾ ਗੇੜਾ ਕੱਢਦਾ ਅਤੇ ਟਰੈਕਟਰ ਸਪੈਸ਼ਲ ਤਿਆਰ ਕਰਵਾਇਆ ਜਾਂਦਾ ਜਿਸ ਦੇ ਉੱਪਰ ਲਿਖਿਆ ਜਾਂਦਾ ਹੈ ਕਿ ਉਸ ਨੂੰ ਕੀ ਆਂਚ ਆਉਣੀ ਰੱਬ ਜਿਸ ਦਾ ਯਾਰ ਹੋਵੇ ਉੱਥੇ ਉੱਥੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਉੱਥੇ ਹੀ ਕੁਝ ਕੁ ਲੋਕਾਂ ਨੇ ਇਸ ਪ੍ਰਤੀ ਕੀ ਕਿਹਾ ਤੁਹਾਨੂੰ ਲੈ ਚੱਲਦੇ ਹਾਂ ਕੁਝ ਕੁ ਕਮੈਂਟਾਂ ਵੱਲ ਇੱਕ ਵੀਰ ਨੇ ਲਿਖਿਆ ਹੈ ਕਿ ਪਿੰਡ ਵਾਲਿਆਂ ਨੂੰ ਕਹਿੰਦਾ ਹੋਣਾ ਸਾਰਿਓ ਹੋਰ ਮਾਰੋ ਭਾਨੀ ਅਤੇ ਇੱਕ ਵੀਰ ਨੇ ਲਿਖਿਆ ਹੈ ਕਿ ਉੱਤਰ ਜਾ ਭਰਾਵਾ ਕਿਤੇ ਪਹਿਲਾਂ ਹੀ ਨਾ ਤੂੰ ਚੂੜਾ ਤੜਵਾ ਲਵੇਂ ਫਿਰ ਤੂੰ ਪੈਰਾਂ ਦੇ ਵਿੱਚ ਹੀ ਬੈਠਣਾ ਅਤੇ ਇੱਕ ਵੀਰ ਨੇ ਲਿਖਿਆ ਕਿ ਆਹ ਵੀਡੀਓ ਤੋਂ ਬਾਅਦ ਤਾਂ ਕੁੜੀ ਦੇ ਘਰ ਦੇ ਵੀ ਪਛਤਾ ਜ਼ਰੂਰ ਰਹੇ ਹੋਣਗੇ ਦੋਸਤੋ ਕੁਝ ਕੁ ਬੰਦੇ ਕਹਿ ਰਹੇ ਹਨ ਕਿ ਇਸ ਮੁੰਡੇ ਨੇ ਸਹੀ ਕੀਤਾ ਅਤੇ ਪਿੰਡ ਵਾਲਿਆਂ ਦੀ ਹਿੱਕ ਦੇ ਉੱਪਰ ਦੀਵਾ ਬਾਲ ਦਿੱਤਾ ਉੱਥੇ ਦੋਸਤੋ ਕੁਝ ਕੁ ਦਾ ਕਹਿਣਾ ਹੈ ਕਿ ਜੋ ਇਸ ਮੁੰਡੇ ਨੇ ਆਪਣੇ ਘਰ ਵਾਲੀ ਦੀ ਪੇਸ਼ਕਾਰੀ ਕੀਤੀ ਹੈ ਇਹ ਬਹੁਤ ਹੀ ਗਲਤ ਹੈ ਉੱਥੇ ਤੁਹਾਡੇ ਵਿਚਾਰ ਕੀ ਨੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਰੱਖਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਭੁੱਲਣਾ ਜੁੜੇ ਰਹੋ ਦਿਓ ਇਜਾਜ਼ਤ ਰੱਬ ਰਾਖਾ